अंतरराष्ट्रीय कबड्डी के मशहूर खिलाड़ी संदीप सिंह नंगल की जलंधर के पिंड बलिया च चल रहे कबड्डी खेड के दौरान अणछाते हमलावरों वालों गोलियां मार के हत्या कर दी गई सी। जिस तो बाद संदीप के पिंड सोक की लहर है तो इस दिन ही लोगों में गुस्सा भी देखने को मिल रहा है। इसके चलद उन्होंने भरा ने संस्कार ना करने की गल आखी है। उधर भारतीय किसान यूनियन के प्रवक्ता ते मजदूर यूनियन के लोगों वालों संदीप सिंह नंगल के घर पहुँच के ऐलान किया गया कि जेकर जलंधर के SSP दोषियों नहीं फड़ते तो सड़कों पर आके किसान जथेबंदियों वालों प्रदर्शन किया जाएगा। बहुत मंग भर की घटना वरती है। साडा भरा जिहड़ा गोलियां मार के उहदा कतल कर दिता। बहुत माड़ी मंदभागी घटना वरती है। मलियां खुरद विखे वो भरा सन्मानत लैन लई गया सी। बहुत माड़ी गल हुई आ। इहो जिहा उहनां भरावां नूं भी नहीं करना चाहीदा सी। छोटे छोटे बच्चे आ, उहदे वाइफ आ, टब्बर आ, पिछे बहुत माड़ी घटना हुई आ। इहो जी घटना नहीं वरतौणी चाहीदी सी। ਉਹ ਵੀ ਜੇ ਕਿਤੇ ਸੁਣਦੇ ਹੋਣ ਤਾਂ ਭਰਾ ਇਹੋ ਜਿਹਾ ਕੰਮ ਗਾਂਹ ਵਾਸਤੇ ਕਦੇ ਕਿਸੇ ਨਾਲ ਇਹੋ ਜਿਹਾ ਨਾ ਕਰਨ, ਕਿਉਂਕਿ ਇਹੋ ਜਿਹੇ ਕੰਮਾਂ ਨਾਲ ਪਰਿਵਾਰ ਬਰਬਾਦ ਹੋ ਜਾਂਦੇ ਆ। ਕਬੱਡੀ ਮਾਫੀਆ ਕੀ ਚੀਜ਼ ਹੈ? ਕਬੱਡੀ ਮਾਫੀਆ ਭਾਅ ਜੀ ਇਹ ਮਾੜੀ ਗੱਲ ਆ। ਕੋਈ ਵੀ ਕਿਸੇ ਨੂੰ ਮਤਲਬ ਕਿ ਜੇ ਕੋਈ ਟੋਰਚ ਕਰਦਾ ਜਾਂ ਕਿਸੇ ਵੀ ਕਬੱਡੀ ਖਿਡਾਰੀ ਨੂੰ ਕੋਈ ਖਿਡਾਉਣਾ ਚਾਹੁੰਦਾ ਕਿੱਥੇ ਖੇਲਣਾ ਕਿੱਥੇ ਨਹੀਂ ਖੇਲਣਾ, ਇਹ ਮਾੜੀ ਗੱਲ ਆ। ਸਾਰੇ ਸਾਡੇ ਭੈਣ ਭਰਾ ਆ, ਇਹੋ ਜਿਹਾ ਕੰਮ ਨਾ ਕਰਨ। ਉਹ ਖੇਡ ਨੂੰ ਹੀ ਪ੍ਰਫੁੱਲਤ ਦੇਣ। ਜਿਹੜੀ ਸਾਡੇ ਗੁਰੂਆਂ ਪੀਰਾਂ ਨੇ ਖੇਡ ਤੋਰੀ ਸੀ ਉਸੇ ਤਰ੍ਹਾਂ ਹੀ ਇਹ ਖੇਡ ਤੋਰਨੀ ਚਾਹੀਦੀ ਆ। ਇਹਨੂੰ ਖੇਡ ਨੂੰ ਉਸੇ ਤਰ੍ਹਾਂ ਹੀ ਰਹਿਣ ਦੇਣ। ਦਰਸ਼ਕਾਂ ਦਾ ਮਨੋਰੰਜਨ ਸੀਗਾ। ਅੱਗੇ ਹੁੰਦਾ ਸੀ ਵੀ ਭਲਵਾਨ ਤਕੜਾ ਹੋ ਕੇ ਗਰਾਊਂਡ 'ਚ ਆਉਂਦਾ ਸੀ ਜਾਂ ਛਿੰਝਾਂ 'ਚ ਘੁਲਦਾ ਸੀ ਜਾਂ ਕਬੱਡੀ ਖੇਡਦਾ ਸੀਗਾ, ਉਹਨੂੰ ਦੁਨੀਆ ਦੇਖਣ ਆਉਂਦੀ ਸੀ। ਮਨੋਰੰਜਨ ਇੱਕ ਜਿਹੜਾ ਕਿ ਉਹ ਸਾਧਨ ਸੀਗਾ ਸਾਰਿਆਂ ਭੈਣ ਭਰਾਵਾਂ ਦਾ, ਵੀ ਉਹ ਚੰਗੇ ਬੱਚੇ ਤਿਆਰ ਆ, ਉਹਨਾਂ ਨੇ ਮਿਹਨਤ ਕੀਤੀ ਆ, ਬੱਚੇ ਮਗਰ ਲੱਗਣਗੇ ਤਾਂ ਆਪਦੀ ਸਿਹਤ ਦਾ ਧਿਆਨ ਰੱਖਣਗੇ ਅਤੇ ਨਸ਼ਿਆਂ ਤੋਂ ਦੂਰ ਹੋਣਗੇ। ਅੱਜ ਕੱਲ੍ਹ ਕਬੱਡੀ ਜਿਹੜੀ ਹੈ ਡਰ ਦਾ ਮਾਹੌਲ ਬਣ ਗਈ ਹੈ। ਸਾਡੇ ਭਰਾ ਦੇ ਕਤਲ ਤੋਂ ਬਾਅਦ ਮੇਰੇ ਹਿਸਾਬ ਨਾਲ ਤਾਂ ਕਬੱਡੀ ਜਿਹੜੀ ਹੈ ਖਤਮ ਹੋ ਗਈ ਆ, ਕਿਉਂਕਿ ਸਾਡਾ ਭਰਾ ਬਹੁਤ ਉੱਦਮੀ ਸੀ, ਬਹੁਤ ਉੱਦਮ ਨਾਲ ਕੰਮ ਕਰਦਾ ਸੀ, ਨਸ਼ਾ ਰਹਿਤ ਕਬੱਡੀ ਕੀਤੀ। ਅਸੀਂ ਨੰਗਲ ਅੰਬੀਆਂ ਮੈਚ ਖੇਡਣ ਗਏ ਅਤੇ ਸਾਡੇ ਖਿਡਾਰੀਆਂ ਨੇ ਥੋੜ੍ਹੀਆਂ ਜਿਹੀਆਂ ਗਲਤੀਆਂ ਕੀਤੀਆਂ ਤਾਂ ਉਹਨਾਂ ਨੇ ਖੇਡਣ ਨਹੀਂ ਦਿੱਤਾ। ਅਸੀਂ 3-4 ਜਣੇ ਖੇਡੇ, ਭਵਨ ਦੀ ਸਾਡਾ ਭਰਾ ਹੀ ਸੀਗਾ, ਸਾਡੇ ਨਾਲ ਪਿਆਰ ਵੀ ਬੜਾ ਸੀਗਾ, ਪਰ ਫਿਰ ਵੀ ਉਹ ਜਿੱਥੇ ਸਹੀ ਸੀ ਉਹ ਸਹੀ ਕਹਾਂਗੇ ਉਹਨੂੰ, ਕਿਉਂਕਿ ਉਹ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ। ਜਿਹੜੀ ਇਹ ਘਟਨਾ ਵਾਪਰੀ ਆ, ਤੁਸਾਂ ਨੇ ਇਸ ਘਟਨਾ ਨੂੰ ਕਵਰ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਪੰਜਾਬੀ ਵੀਰਾਂ ਨੂੰ ਦੱਸ ਰਹੇ ਹਾਂ ਵੀ ਸਾਡਾ ਇੱਕ ਹੀਰਾ ਪੰਜਾਬ ਦਾ ਪੂਰੇ ਵਰਲਡ ਦੇ ਵਿੱਚ ਜੇ ਨਾਂ ਚਮਕਾਇਆ, ਜ਼ਿਲ੍ਹਾ ਜਲੰਧਰ ਦਾ, ਦੁਆਬੇ ਦਾ ਨਾਂ ਚਮਕਾ ਕੇ ਪੰਜਾਬ ਦਾ ਨਾਂ ਚਮਕਾਇਆ, ਅੱਜ ਆ ਸਾਡੇ ਕੋਲੋਂ ਖੋਇਆ ਗਿਆ। ਜੋ ਪਰਿਵਾਰ ਨੇ ਕਾਲ ਦਿੱਤੀ ਆ, ਪਰਿਵਾਰ ਨਾਲ ਫੋਨ 'ਤੇ ਵੀ ਗੱਲ ਹੋਈ ਆ, ਉਹਨਾਂ ਦੇ ਸੱਦੇ 'ਤੇ ਆਏ ਆ। ਜੋ ਪਰਿਵਾਰ ਦਾ ਫੈਸਲਾ ਹੋਊਗਾ ਉਹਨਾਂ ਚਿਰ ਜਿੰਨਾ ਚਿਰ ਕਾਤਲ ਨਹੀਂ ਫੜੇ ਜਾਂਦੇ ਉਹਨਾਂ ਚਿੱਕਰ ਇਹ ਅੱਜ ਦਾ ਇਕੱਠ ਕਿਸੇ ਵੀ ਕੀਮਤ ਵਿੱਚ ਸ਼ਾਂਤੀ ਨਾਲ ਟੈਕੇ ਨਹੀਂ ਬੈਠੂਗਾ। ਮੈਂ ਪੁਲਿਸ ਪ੍ਰਸ਼ਾਸਨ ਤੋਂ ਇਸ ਗੱਲ ਦੀ ਮੰਗ ਕਰਦਾ ਹਾਂ ਵੀ ਪੂਰੇ ਪੰਜਾਬ ਦੇ ਵਿੱਚੋਂ, ਜੇ ਪੂਰੇ ਜਲੰਧਰ ਦੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚੋਂ ਜੇ ਕਿਤੇ ਆਪਾਂ ਵਧੀਆ ਅਫਸਰ ਨੂੰ ਕੱਢਣਾ ਹੋਵੇ ਤਾਂ ਉਹ ਸਤਿੰਦਰ ਸਿੰਘ ਜੀ ਨੇ। ਜੇ ਉਹਨਾਂ ਤੋਂ ਇਹ ਮਡਲ ਨਾ ਹੱਲ ਹੋਇਆ, ਉਹਨਾਂ ਤੋਂ ਨਾ ਕਤਲ ਫੜੇ ਗਏ, ਫਿਰ ਮਤ ਸੋਚਿਓ ਕੋਈ ਬੰਦੇ ਫੜ ਨਹੀਂ ਸਕਦਾ। ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਬਈ ਅਸਲਾ ਜਮ੍ਹਾਂ ਸਕਾ, ਤੁਸਾਂ ਨੇ ਇਹ ਗੱਲ ਕਲੀਅਰ ਕਰੋ ਬਈ ਅਸਲਾ ਆਇਆ ਤਾਂ ਆਇਆ ਕਿੱਥੋਂ। ਜੇ ਤੁਸੀਂ ਅਸਲਾ ਜਮ੍ਹਾਂ ਕਰਾਉਣੇ ਜਦੋਂ ਇਲੈਕਸ਼ਨਾਂ 'ਚ ਉਸ ਟਾਈਮ ਕਦੇ ਅਸਲਾ ਜਿਹੜੇ ਵਧੀਆ ਬੰਦੇ ਨੇ ਇਮਾਨਦਾਰ ਲੋਕ ਨੇ ਉਹਨਾਂ ਦਾ ਅਸਲਾ ਨਾ ਜਮ੍ਹਾਂ ਕਰਾਇਆ ਜਾਵੇ ਅਤੇ ਅੱਜ ਆ ਐਡੀ ਵੱਡੀ ਘਟਨਾ ਨਾ ਵਾਪਰਦੀ। ਇਹੋ ਜਿਹਾ ਨੌਜਵਾਨ ਦੇ ਕੋਲ ਉਹਦੇ ਕੋਈ ਰਿਵਾਲਵਰ ਹੁੰਦਾ ਮੁਕਾਬਲਾ ਕਰਦਾ, ਅੱਜ ਨਹੱਥਾ ਆਪਣੇ ਕੋਲ ਹਥਿਆਰ ਨਾ ਹੋਣ ਦੇ ਕਰਕੇ ਮੌਤ ਦੀ ਘਾਟ ਉੱਤਰ ਗਿਆ ਆ। ਸਾਡੇ ਮਨ 'ਤੇ ਦੁੱਖ ਆ ਔਰ ਸਦਾ ਹੀ ਇਹਦਾ ਦੁੱਖ ਰਹੂਗਾ। ਜੋ ਪਰਿਵਾਰ ਫੈਸਲਾ ਕਰੂਗਾ ਉਸ ਪਰਿਵਾਰ ਦੇ ਨਾਲ, ਕਬੱਡੀ ਫੈਡਰੇਸ਼ਨ ਦੇ ਫੈਸਲੇ ਦੇ ਨਾਲ, ਆਪਣੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਥੇਬੰਦੀ ਵੱਲੋਂ ਪੂਰੀਆਂ ਜਲੰਧਰ ਜ਼ਿਲ੍ਹੇ ਦੀਆਂ ਜਥੇਬੰਦੀਆਂ ਇਕਮੁੱਠ ਹੋ ਕੇ ਅਸੀਂ ਚੱਲ ਰਹੀਆਂ, ਨਾਲ ਆਪਣੇ ਪੰਜਾਬ ਦੇ ਸਾਰੇ ਲੋਕਾਂ ਨੂੰ 32 ਜਥੇਬੰਦੀਆਂ ਨੂੰ ਲੈ ਕੇ ਨਾਲ ਉਹਨਾਂ ਦੇ ਸੱਦੇ 'ਤੇ ਭੇਜੇ 'ਤੇ ਆਏ ਹਾਂ। ਨਾਲ ਲੈ ਕੇ ਜਿੰਨਾ ਚਿਰ ਨਹੀਂ ਇਹ ਕੋਈ ਵੀ ਕਤਲ ਫੜੇ ਜਾਂਦੇ, ਨਹੀਂ ਸਰਾਖਾਂ ਪਿੱਛੇ ਜਾਂਦੇ। ਪਹਿਲਾਂ ਇੱਕ ਹੋਰ ਵੀ ਇੱਕ ਕਬੱਡੀ ਸੰਦੀਪ ਨੰਗਲ ਹੋਇਆ, ਧਰਨਾ ਲਗਾਇਆ ਗਿਆ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਕਹਿਣਾ ਸੀ ਉਨੀ ਦੇਰ ਪੋਸਟਮਾਰਟਮ ਨਹੀਂ ਹੁੰਦਾ ਵਾਂਗੇ ਕਿੰਨੀ ਦੇਰ ਦੋਸ਼ੀ ਨਹੀਂ ਫੜੇ ਜਾਂਦੇ। ਨਹੀਂ, ਸਾਡੇ ਪ੍ਰੋਗ ਮੈਂਬਰਾਂ ਗੱਲ ਹੋ ਗਈ ਆ ਜੀ, ਫੈਮਿਲੀ ਉਹਨਾਂ ਦੇ ਬੱਚੇ ਬਾਹਰੋਂ ਆ ਰਹੇ ਆ, 4 ਵਜੇ ਤੱਕ ਉਹ ਪਹੁੰਚ ਗਏ, ਉਹਨਾਂ ਦੇ ਬ੍ਰਦਰ ਨਾਲ ਗੱਲ ਹੋ ਗਈ, ਬਾਕੀ ਜਿੰਨੇ ਉਹਨਾਂ ਦੇ ਦੋਸਤ ਸੀਗੇ ਉਹਨਾਂ ਜਿਹੜੇ ਕਬੱਡੀ ਦੇ ਪਲੇਅਰ ਸੀ ਨਾਲ, ਉਹਨਾਂ ਸਾਰਿਆਂ ਨਾਲ ਗੱਲਬਾਤ ਹੋਈ, ਉਹ ਬੰਦੇ ਸੈਟਿਸਫਾਈ ਨੇ ਅਤੇ ਉਹਨਾਂ ਨੂੰ ਪਤਾ ਵੀ ਪੁਲਿਸ ਕੰਮ ਕਰ ਰਹੀ ਆ।
बाकी उन्होंने टाइम लिया से तो दो चार दिन टाइम दो अस बिल्कुल अपना कहना जल्दी जल्दी बंदे फट के रेस्टोरेंट करके अंदर देवे कि एक वीडियो वायरल हो रही है जिम्मेदारी लै रहे हैं उसने मैं ही मारिया सलूट में जिस उस एंगल के चल रहे काम कर रहे हैं पुलिस बाकी वक् वक् टीमें लगे हैं वो देखते हैं वो फेक कह कह रहा कि असली डाउटफुल है जी नहीं जी दावे नहीं कह सकते बाकी कर रहे हैं उस एंगल से चल रही है कोई जी दस परिवारिक मैंबर गलबात हुई कोई रंजित दस रंजित भाई नहीं गल कर रहे कोई कबड्डी तो इन्होंने शायद हो सकता भी इन्होंने जो फैडरेशन बनाई इन्होंने क्लब क्लब उन्होंने को पिछे किसी का हत हो सकता बाकी कोई जरा नहीं दस रहे भी किसी ना दुश्मनी है कोई गल हैगी एक मुंडे लगी गोली लत्त के बिल्कुल ठीक है नॉर्मल है जी पंजाब टुडे 24 लई जलंधर तो राजू गुप्ता की रिपोर्ट।